Alors dostos, satriyakal dostos, sare nu sade YouTube channel Rakhi Inder update vich sare da swagat hai. Chalo aaj apan sode ne leke ek new video start hon to pehla sade channel nu kar lo subscribe, like karo, share karo te comment karke dassiyo sonu sade video kis tarah di lagi. Te chalde apan video wal. Hello dostos, aaj assi sode layi leke aaye ha ek navi phone application. ਦੋਸਤੋ ਅੱਜ ਅਸੀਂ ਗੱਲ ਕਰਾਂਗੇ ਫੋਨ ਦੇ ਬਾਰੇ। ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਡੇ ਫੋਨ ਦੀ ਮੈਮਰੀ ਬਹੁਤ ਜਲਦੀ ਫੁੱਲ ਹੋ ਜਾਂਦੀ ਹੈ ਤੇ ਤੁਹਾਡੇ ਫੋਨ ਦੇ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨ ਵੀ ਨਹੀਂ ਇੰਸਟਾਲ ਹੁੰਦੀਆਂ ਜਾਂ ਤੁਹਾਡੇ ਫੋਨ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਵੀ ਨਹੀਂ ਹੁੰਦੀਆਂ ਤੁਹਾਡੇ ਫੋਨ ਦੇ ਵਿੱਚ ਬਹੁਤ ਸਾਰੀਆਂ ਇਮੇਜ ਵੀ ਨਹੀਂ ਹੁੰਦੀਆਂ। ਫਿਰ ਵੀ ਤੁਸੀਂ ਸੋਚ ਰਹੇ ਹੋ ਵੀ ਸਾਡੇ ਫੋਨ ਦੀ ਮੈਮਰੀ ਕਿਸ ਤਰ੍ਹਾਂ ਫੁੱਲ ਹੋ ਜਾਂਦੀ ਹੈ। ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਕਿ ਆਪਣੇ ਫੋਨ ਦੀ ਮੈਮਰੀ ਕਿਸ ਤਰੀਕੇ ਨਾਲ ਫੁੱਲ ਹੋ ਰਹੀ ਆ। ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਐਪਲੀਕੇਸ਼ਨ ਲੈ ਕੇ ਆਏ ਹਾਂ ਜਿਹਦੇ ਨਾਲ ਕਿ ਤੁਹਾਡੇ ਫੋਨ ਦੀ ਮੈਮਰੀ ਜਾਂ ਤੁਹਾਡੇ ਫੋਨ ਦੀ ਸਟੋਰ ਮੈਮਰੀ ਕਦੇ ਵੀ ਫੁੱਲ ਨਹੀਂ ਹੋਊਗੀ ਅਤੇ ਤੁਹਾਡੇ ਫੋਨ ਦੇ ਵਿੱਚ ਜੋ ਵੀ ਐਕਸਟਰਾ ਫੋਟੋ ਵੀਡੀਓਜ਼ ਜਾਂ ਜੋ ਵੀ ਤੁਹਾਡੇ ਫੋਨ ਦੇ ਵਿੱਚ ਐਕਸਟਰਾ ਤੁਹਾਡੇ ਫੋਨ ਦੇ ਵਿੱਚ ਇਮੇਜ ਹੁੰਦੀਆਂ ਨੇ ਤੁਹਾਨੂੰ ਨਹੀਂ ਪਤਾ ਚੱਲਦਾ ਵੀ ਤੁਹਾਡੇ ਫੋਨ ਦੀ ਮੈਮਰੀ ਕਿਸ ਤਰੀਕੇ ਨਾਲ ਫੁੱਲ ਹੋ ਰਹੀ ਆ। ਇੱਕ ਐਸੀ ਐਪਲੀਕੇਸ਼ਨ ਲੈ ਕੇ ਆ ਜਿਹਨੂੰ ਤੁਸੀਂ ਇੰਸਟਾਲ ਕਰਕੇ ਸਾਰਾ ਕੁਛ ਦੇਖ ਸਕਦੇ ਹੋ ਵੀ ਤੁਹਾਡੇ ਫੋਨ ਦੀ ਮੈਮਰੀ ਕਿਸ ਤਰੀਕੇ ਨਾਲ ਫੁੱਲ ਹੋ ਰਹੀ ਹੈ ਅਤੇ ਤੁਸੀਂ ਉਹਨੂੰ ਡਿਲੀਟ ਕਰ ਸਕਦੇ ਹੋ, ਕੰਟਰੋਲ ਕਰ ਸਕਦੇ ਹੋ। ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ ਜਿਹਦੇ ਨਾਲ ਕਿ ਤੁਹਾਡੇ ਫੋਨ ਦੀ ਮੈਮਰੀ ਕਦੇ ਵੀ ਫੁੱਲ ਨਹੀਂ ਹੋਊਗੀ ਅਤੇ ਤੁਹਾਡੇ ਫੋਨ ਦੀ ਮੈਮਰੀ ਬਿਲਕੁਲ ਸੇਫ ਰਹੂਗੀ। ਤੁਸੀਂ ਇੱਕ ਵਾਰ ਕਿ ਇਸ ਐਪਲੀਕੇਸ਼ਨ ਨੂੰ ਜ਼ਰੂਰ ਟਰਾਈ ਕਰਿਓ ਆਪਣੇ ਫੋਨ ਦੇ ਵਿੱਚ, ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ। ਅਤੇ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਐਪਲੀਕੇਸ਼ਨ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਆਪਣੇ ਫੋਨ ਦੇ ਵਿੱਚ। ਅਤੇ ਸਾਰੇ ਤੋਂ ਪਹਿਲਾਂ ਦੋਸਤੋ ਆਪਾਂ ਆਪਣੇ ਫੋਨ ਦੇ ਪਲੇ ਸਟੋਰ 'ਤੇ ਚੱਲਾਂਗੇ, ਪਲੇ ਸਟੋਰ ਨੂੰ ਕਰਾਂਗੇ ਕਲਿੱਕ। ਓਪਨ ਹੋਣ ਤੋਂ ਬਾਅਦ ਦੋਸਤੋ ਆਪਾਂ ਇੱਥੇ ਸਰਚ ਕਰਾਂਗੇ ਅਨਫੀਨ ਗੈਲਰੀ। ਜਿਸ ਤਰ੍ਹਾਂ ਮੈਂ ਸਰਚ ਕਰ ਰਿਹਾ ਇਸ ਤਰ੍ਹਾਂ ਤੁਸੀਂ ਵੀ ਆਪਣੇ ਪਲੇ ਸਟੋਰ ਦੇ ਵਿੱਚ ਇਸ ਐਪਲੀਕੇਸ਼ਨ ਦਾ ਨਾਮ ਸਰਚ ਕਰਾਂਗੇ ਅਨਫੀਨ ਗੈਲਰੀ। ਐਪਲੀਕੇਸ਼ਨ ਦਾ ਨਾਮ ਐਂਟਰ ਕਰਨ ਤੋਂ ਬਾਅਦ ਦੋਸਤੋ ਆਪਾਂ ਇਹਨੂੰ ਸਰਚ ਕਰਾਂਗੇ, ਸਰਚ 'ਤੇ ਕਲਿੱਕ ਕਰਾਂਗੇ। ਸਰਚ ਕਰਨ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਐਪਲੀਕੇਸ਼ਨ ਆ ਚੁੱਕੀ ਆ ਅਤੇ ਆਪਾਂ ਇਹਨੂੰ ਇੰਸਟਾਲ ਕਰਾਂਗੇ। ਇੰਸਟਾਲ ਦੇ ਉੱਤੇ ਆਪਾਂ ਕਰਾਂਗੇ ਕਲਿੱਕ, ਇੱਥੋਂ ਆਪਾਂ ਇਸ ਐਪਲੀਕੇਸ਼ਨ ਨੂੰ ਕਰਾਂਗੇ ਇੰਸਟਾਲ। ਤੁਸੀਂ ਦੇਖ ਸਕਦੇ ਹੋ ਦੋਸਤੋ ਆਪਣੇ ਫੋਨ ਦੇ ਵਿੱਚ ਐਪਲੀਕੇਸ਼ਨ ਡਾਊਨਲੋਡਿੰਗ ਹੋ ਰਹੀ ਆ। ਇਸ ਤਰੀਕੇ ਨਾਲ ਤੁਸੀਂ ਇਸ ਐਪਲੀਕੇਸ਼ਨ ਨੂੰ ਡਾਊਨਲੋਡਿੰਗ ਕਰ ਲੈਣਾ ਆਪਣੇ ਫੋਨ ਦੇ ਵਿੱਚ। ਡਾਊਨਲੋਡਿੰਗ ਹੋਣ ਤੋਂ ਬਾਅਦ ਆਪਾਂ ਨੂੰ ਓਪਨ ਦੀ ਆਪਸ਼ਨ ਮਿਲ ਰਹੀ ਆ, ਆਪਾਂ ਇਹਨੂੰ ਓਪਨ ਕਰਾਂਗੇ। ਓਪਨ ਦੇ ਉੱਤੇ ਕਲਿੱਕ ਕਰਾਂਗੇ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜੂਗਾ। ਤੁਸੀਂ ਥੱਲੇ ਸਾਈਡ ਦੇਖ ਸਕਦੇ ਹੋ ਤੁਹਾਨੂੰ ਸਟਾਰਟ ਦੀ ਆਪਸ਼ਨ ਮਿਲ ਰਹੀ ਆ, ਆਪਾਂ ਸਟਾਰਟ ਦੀ ਆਪਸ਼ਨ 'ਤੇ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਲਾਓ ਦੀ ਆਪਸ਼ਨ ਮਿਲ ਰਹੀ ਹੈ, ਅਲਾਓ ਕਰਾਂਗੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਐਪਲੀਕੇਸ਼ਨ ਪ੍ਰੋਸੈਸਿੰਗ ਕਰ ਰਹੀ ਹੈ। ਪ੍ਰੋਸੈਸਿੰਗ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜੂਗਾ। ਇੱਥੇ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਇਮੇਜ ਜਾਂ ਵੀਡੀਓਜ਼ ਮਿਲ ਜਾਣਗੀਆਂ ਜਿਹਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਨਹੀਂ ਦੇਖ ਸਕਦੇ। ਉਹ ਤੁਹਾਨੂੰ ਤੁਹਾਡੇ ਫੋਨ ਦੇ ਵਿੱਚ ਨਹੀਂ ਪਤਾ ਚੱਲਦਾ ਵੀ ਤੁਹਾਡੇ ਫੋਨ ਦੇ ਵਿੱਚ ਇਹ ਲੁਕੀਆਂ ਹੋਈਆਂ ਨੇ ਕਿਸੇ ਫੋਲਡਰ ਦੇ ਵਿੱਚ ਜਾਂ ਕਿਸੇ ਐਪਸ ਦੇ ਵਿੱਚ ਨੇ, ਹੈ ਨਾ, ਤੁਹਾਨੂੰ ਨਹੀਂ ਪਤਾ ਲੱਗਦਾ। ਅਤੇ ਇਸ ਤਰੀਕੇ ਨਾਲ ਇੱਥੋਂ ਆਪਾਂ ਇਸ ਨੂੰ ਡਿਲੀਟ ਕਰ ਸਕਦੇ ਹਾਂ ਅਤੇ ਆਪਾਂ ਸਾਰੇ ਸਲੈਕਟ ਕਰਕੇ ਡਿਲੀਟ ਕਰਾਂਗੇ। ਇੱਥੇ ਜੋ ਵੀ ਤੁਹਾਡੇ ਫੋਨ ਦੇ ਵਿੱਚ ਐਪ ਇੰਸਟਾਲ ਨੇ ਉਹ ਸਾਰਿਆਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਇੱਥੇ ਆਪਸ਼ਨਾਂ ਬਣੀਆਂ ਨੇ। ਜਿਹੜੀ ਵੀ ਐਪ ਆਪਾਂ ਯੂਜ ਕਰਦੇ ਹਾਂ ਉਹਦੀਆਂ ਐਕਸਟਰਾ ਫੋਟੋ ਜਿਹਨਾਂ ਨੂੰ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਆਪਣੇ ਫੋਨ ਦੇ ਵਿੱਚ ਸ਼ੋਅ ਨਹੀਂ ਹੋ ਰਹੀਆਂ, ਉਹ ਇੱਥੋਂ ਸਾਰੀਆਂ ਸ਼ੋਅ ਹੋਣਗੀਆਂ। ਤੁਸੀਂ ਇਸ ਤਰੀਕੇ ਨਾਲ ਇਸ ਨੂੰ ਡਿਲੀਟ ਕਰ ਸਕਦੇ। ਜਿਸ ਤਰੀਕੇ ਨਾਲ ਮੈਂ ਇਸ ਐਪਲੀਕੇਸ਼ਨ ਦੇ ਸਹਾਰੇ ਫੋਟੋ ਆ ਜਾਂ ਕੋਈ ਜੋ ਵੀਡੀਓਜ਼ ਨੇ ਇਹਦੇ ਵਿੱਚ ਐਕਸਟਰਾ ਉਹ ਆਪਾਂ ਡਿਲੀਟ ਕਰ ਰਹੇ ਹਾਂ, ਇਸ ਤਰੀਕੇ ਨਾਲ ਤੁਸੀਂ ਵੀ ਇੱਥੋਂ ਆਪਣੀਆਂ ਐਪਲੀਕੇਸ਼ਨ ਦੀਆਂ ਫੋਟੋਆਂ ਅਤੇ ਵੀਡੀਓ ਡਿਲੀਟ ਕਰ ਸਕਦੇ ਹੋ। ਇਹ ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ। ਇਹਦੇ ਨਾਲ ਇਸ ਕਰਨ ਨਾਲ ਤੁਹਾਨੂੰ ਕੀ ਹੋ ਜੂਗਾ, ਇਹਦੇ ਨਾਲ ਤੁਹਾਡੇ ਫੋਨ ਦੀ ਬਹੁਤ ਸਾਰਾ ਜੋ ਐਕਸਟਰਾ ਮੈਮਰੀ ਆ ਉਹ ਸੇਫ ਰਹੂਗੀ ਅਤੇ ਤੁਹਾਡੇ ਫੋਨ ਦੀ ਮੈਮਰੀ ਬਿਲਕੁਲ ਖਾਲੀ ਹੋ ਜੂਗੀ। ਇਹ ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ। ਇਸ ਤਰੀਕੇ ਨਾਲ ਤੁਸੀਂ ਇਸ ਨੂੰ ਯੂਜ ਕਰ ਸਕਦੇ ਜੋ ਵੀ ਤੁਹਾਡੇ ਫੋਨ ਦੇ ਵਿੱਚ। ਦੇਖੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲਣਾ ਵੀ ਤੁਹਾਡੇ ਫੋਨ ਦੇ ਵਿੱਚ ਇੰਨੀਆਂ ਇਮੇਜ ਕਿਸ ਤਰ੍ਹਾਂ ਨਹੀਂ ਹੈ, ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਤੁਸੀਂ ਜੋ ਵੀ ਐਪ ਯੂਜ ਕਰਦੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚੋਂ ਇਹ ਆਪਣੇ ਆਪ ਉਹ ਪਿਕਚਰ ਹੋਣੀਆਂ ਡਿਲੀਟ ਉਹ ਡਾਊਨਲੋਡਿੰਗ ਹੋ ਜਾਂਦੀਆਂ ਨੇਗੀਆਂ ਐਕਸਟਰਾ ਅਤੇ ਤੁਹਾਨੂੰ ਸ਼ੋਅ ਨਹੀਂ ਹੁੰਦੀਆਂ ਤੁਹਾਡੀ ਗੈਲਰੀ ਦੇ ਵਿੱਚ ਵੀ ਬਹੁਤ ਸਾਰੀਆਂ ਇਮੇਜਾਂ। ਦੇਖੋ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਡਿਲੀਟ ਕਰ ਸਕਦੇ ਹੋ। ਇਹ ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ, ਤੁਸੀਂ ਇੱਕ ਵਾਰੀ ਆਪਣੇ ਫੋਨ ਦੇ ਵਿੱਚ ਇਸ ਨੂੰ ਜ਼ਰੂਰ ਟਰਾਈ ਕਰਿਓ।
ਦੋਸਤੋ ਇਸ ਐਪਲੀਕੇਸ਼ਨ ਦੇ ਨਾਲ ਤੁਹਾਡੇ ਫੋਨ ਦੀ ਮੈਮਰੀ ਬਿਲਕੁਲ ਖਾਲੀ ਹੋ ਜੂਗੀ। ਇਹ ਬਹੁਤ ਹੀ ਵਧੀਆ ਐਪਲੀਕੇਸ਼ਨ ਆ ਦੋਸਤੋ। ਇਹ ਤੁਹਾਨੂੰ ਖੁਦ ਨਹੀਂ ਪਤਾ ਕਿ ਤੁਹਾਡੇ ਫੋਨ ਦੀ ਗੈਲਰੀ ਦੇ ਵਿੱਚ ਕੀ ਕੁਛ ਜਮ੍ਹਾਂ ਹੋ ਰਿਹਾ ਅਤੇ ਨਹੀਂ ਸ਼ੋਅ ਹੋ ਰਿਹਾ, ਅਤੇ ਇਸ ਤਰੀ ਇਸ ਐਪਲੀਕੇਸ਼ਨ ਦੇ ਵਿੱਚ ਸਾਰਾ ਕੁਛ ਸ਼ੋਅ ਹੋਊਗਾ ਅਤੇ ਤੁਸੀਂ ਇੱਥੋਂ ਡਿਲੀਟ ਕਰ ਸਕਦੇ ਦੋਸਤੋ। ਅਗਰ ਤੁਹਾਡੇ ਫੋਨ ਦੇ ਵਿੱਚ ਇਹ ਐਪਲੀਕੇਸ਼ਨ ਨਹੀਂ ਕੰਮ ਕਰ ਰਹੀ, ਇਹ ਬਹੁਤ ਸਾਰੇ ਫੋਨਾਂ ਦੇ ਵਿੱਚ ਐਪਲੀਕੇਸ਼ਨ ਨਹੀਂ ਕੰਮ ਕਰਦੀ, ਅਤੇ ਜੇ ਤੁਹਾਡੇ ਫੋਨ ਦੇ ਵਿੱਚ ਇਹ ਐਪਲੀਕੇਸ਼ਨ ਨਹੀਂ ਕੰਮ ਕਰ ਰਹੀ ਤਾਂ ਆਪਾਂ ਤੁਹਾਨੂੰ ਇੱਕ ਦੂਸਰਾ ਤਰੀਕਾ ਦੱਸਾਂਗੇ ਇਸ ਵੀਡੀਓ ਦੇ ਵਿੱਚ, ਜਿਹਦੇ ਨਾਲ ਕਿ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਐਪਲੀਕੇਸ਼ਨ ਡਾਊਨਲੋਡਿੰਗ ਨਹੀਂ ਕਰਨੀ ਪਊਗੀ ਅਤੇ ਤੁਸੀਂ ਆਪਣੇ ਫੋਨ ਦੇ ਐਪ ਇਸ ਤਰ੍ਹਾਂ ਹੀ ਕਲੀਨ ਕਰ ਸਕਦੇ ਹੋ। ਅਤੇ ਤੁਹਾਨੂੰ ਮੈਂ ਸਮਝਾ ਰਿਹਾ, ਸਾਰੇ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਚੱਲਾਂਗੇ ਦੋਸਤੋ। ਆਪਾਂ ਆਪਣੇ ਫੋਨ ਦੀ ਸੈਟਿੰਗ ਨੂੰ ਕਰਾਂਗੇ ਓਪਨ। ਫੋਨ ਦੀ ਸੈਟਿੰਗ ਓਪਨ ਹੋਣ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਥੱਲੇ ਸਾਈਡ ਤੁਹਾਨੂੰ ਇੱਕ ਐਪ ਨਾਂ ਦੀ ਆਪਸ਼ਨ ਮਿਲ ਰਹੀ ਹੈ ਆਪਣੇ ਫੋਨ ਦੇ ਵਿੱਚ। ਆਪਾਂ ਆਪਣੇ ਫੋਨ ਦੇ ਐਪਸ ਦੇ ਵਿੱਚ ਚੱਲਾਂਗੇ, ਆਪਾਂ ਐਪ ਨਾਂ ਦੀ ਆਪਸ਼ਨ 'ਤੇ ਕਰਾਂਗੇ ਕਲਿੱਕ। ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੇ ਜੋ ਵੀ ਆਪਣੇ ਫੋਨ ਦੇ ਵਿੱਚ ਐਪਸ ਨੇ ਸਾਰੇ ਸ਼ੋਅ ਹੋ ਰਹੇ ਨੇ, ਜੋ ਵੀ ਆਪਣੇ ਫੋਨ ਦੇ ਵਿੱਚ ਇੰਸਟਾਲ ਐਪ ਨੇਗੇ ਉਹ ਸਾਰੇ ਇੱਥੇ ਸ਼ੋਅ ਹੋਣਗੇ। ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਹਾਡੇ ਫੋਨ ਦੇ ਵਿੱਚ ਵੀ ਜੋ ਵੀ ਐਪ ਹੋਣਗੇ ਇਸ ਤਰੀਕੇ ਨਾਲ ਸਾਰੇ ਇੱਥੇ ਸ਼ੋਅ ਹੋਣਗੇ। ਅਤੇ ਦੋਸਤੋ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਸ ਤਰੀਕੇ ਨਾਲ ਇਸ ਇਕੱਲੇ ਇਕੱਲੇ ਐਪ ਨੂੰ ਕਲੀਨ ਕਰ ਸਕਦੇ ਹੋ। ਜਿਵੇਂ ਕਿ ਆਪਾਂ ਇੱਕ ਐਪ ਸਿਲੈਕਟ ਕਰਾਂਗੇ, ਇਸ ਐਪ ਨੂੰ ਆਪਾਂ ਸਿਲੈਕਟ ਕਰਕੇ ਆਪਾਂ ਇਹਦੇ ਸਟੋਰੇਜ 'ਤੇ ਕਲਿੱਕ ਕਰਾਂਗੇ। ਥੱਲੇ ਤੁਸੀਂ ਦੇਖ ਰਹੇ ਆਪਸ਼ਨ ਮਿਲ ਰਹੀ ਹੈ ਸਟੋਰ ਦੀ, ਉਹਦੇ ਆਪਾਂ ਕਲਿੱਕ ਕਰਾਂਗੇ। ਉਹਨੂੰ ਕਰਨ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਉੱਪਰਲੀ ਸਾਈਡ ਤੁਹਾਨੂੰ ਇੱਕ ਆਪਸ਼ਨ ਮਿਲ ਰਹੀ ਆ ਕੈਸ਼ ਕਲੀਅਰ ਦੀ, ਕਲੀਅਰ ਕੈਸ਼ ਦੀ ਆਪਸ਼ਨ 'ਤੇ ਉੱਤੇ ਆਪਾਂ ਕਲਿੱਕ ਕਰਾਂਗੇ। ਇੱਥੋਂ ਆਪਣੀ ਕੈਸ਼ ਫਾਈਲ ਆਪਾਂ ਕਲੀਅਰ ਕਰਾਂਗੇ, ਜੋ ਵੀ ਆਪਣੀ ਐਪਲੀਕੇਸ਼ਨ ਦੀ ਕੈਸ਼ ਫਾਈਲ ਹੁੰਦੀ ਆ ਉਹ ਇੱਥੋਂ ਕਲੀਅਰ ਹੋ ਜੂਗੀ। ਅਤੇ ਇਹਦੇ ਨਾਲ ਕੀ ਹੈ ਤੁਹਾਡੇ ਫੋਨ ਦੀ ਬਹੁਤ ਸਾਰੀ ਮੈਮਰੀ ਖਾਲੀ ਹੋਊਗੀ, ਅਤੇ ਬਹੁਤ ਸਾਰੀ ਐਕਸਟਰਾ ਕੈਸ਼ ਫਾਈਲ ਜਦੋਂ ਆਪਣੇ ਐਪਸ ਦੇ ਵਿੱਚ ਫੋਨ ਐਪਸ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਕੀ ਆਪਣੇ ਫੋਨ ਦੀ ਸਟੋਰੇਜ ਮੈਮਰੀ ਫੁੱਲ ਹੋਣ ਲੱਗ ਜਾਂਦੀ ਹੈ। ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਕਰ ਰਿਹਾ, ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਸਾਰੇ ਫੋਨ ਦੇ ਜੋ ਵੀ ਐਪ ਨੇ ਇਸ ਤਰੀਕੇ ਨਾਲ ਕੈਸ਼ ਫਾਈਲ ਕਰ ਸਕਦੇ ਹੋ। ਉਹਦੇ ਨਾਲ ਕੀ ਆ ਆਪਣੇ ਫੋਨ ਦੀ ਮੈਮਰੀ ਸਾਰੀ ਖਾਲੀ ਹੋ ਜੂਗੀ ਅਤੇ ਤੁਹਾਡਾ ਫੋਨ ਵਧੀਆ ਚੱਲਣ ਲੱਗ ਜੂਗਾ ਅਤੇ ਤੁਹਾਡੇ ਫੋਨ ਦੀ ਮੈਮਰੀ ਕਦੇ ਵੀ ਫੁੱਲ ਨਹੀਂ ਹੋਊਗੀ। ਅਤੇ ਬਹੁਤ ਹੀ ਵਧੀਆ ਦੋਸਤੋ ਸੈਟਿੰਗ ਆਏ ਆਪਣੇ ਫੋਨ ਦੇ ਵਿੱਚ, ਤੁਸੀਂ ਜ਼ਰੂਰ ਕਰਿਓ। ਜਿਸ ਤਰੀਕੇ ਨਾਲ ਮੈਂ ਵੀ ਆਪਣੇ ਸਾਰੇ ਫੋਨ ਦੇ ਐਪ ਕਲੀਅਰ ਕੈਸ਼ ਕਰ ਰਿਹਾ, ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਸਾਰੇ ਫੋਨ ਦੇ ਜੋ ਵੀ ਐਪ ਨੇ ਉਹ ਕਲੀਅਰ ਕੈਸ਼ ਕਰਦੇ ਰਿਹਾ ਕਰੋ। ਇਹਦੇ ਨਾਲ ਕੀ ਆਪਣੇ ਫੋਨ ਦੀ ਮੈਮਰੀ ਫੁੱਲ ਨਹੀਂ ਹੋਊਗੀ ਅਤੇ ਆਪਣਾ ਫੋਨ ਵੀ ਵਧੀਆ ਚੱਲੂਗਾ, ਕਦੇ ਆਪਣਾ ਫੋਨ ਹੈਂਗ ਨਹੀਂ ਹੋਊਗਾ। ਇਹ ਬਹੁਤ ਹੀ ਵਧੀਆ ਸੈਟਿੰਗ ਆ, ਸੈਟਿੰਗ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਟਰਾਈ ਕਰਿਓ ਦੋਸਤੋ। ਇਸ ਤਰੀਕੇ ਨਾਲ ਆਪਾਂ ਆਪਣੇ ਫੋਨ 'ਤੇ ਜੋ ਵੀ ਸਾਰੇ ਐਪ ਨੇ ਉਹ ਕੈਸ਼ ਕਲੀਅਰ ਕਰ ਸਕਦੇ ਹਾਂ। ਜੋ ਵੀ ਆਪਣੇ ਫੋਨ ਦੇ ਐਪਸ ਦੀ ਮੈਮਰੀ ਆ ਜਾਂ ਇਹਦੇ ਵਿੱਚ ਐਕਸਟਰਾ ਜੋ ਵੀ ਫੋਟੋਸ, ਜੋ ਵੀ ਕੋਈ ਆਪਣੀ ਐਕਸਟਰਾ ਇਹਦੇ ਵਿੱਚ ਚੀਜ਼ ਡਾਊਨਲੋਡਿੰਗ ਹੋ ਜਾਂਦੀਆਂ ਨੇ ਉਹ ਸਾਰੀਆਂ ਕਲੀਅਰ ਹੋ ਜਾਣਗੀਆਂ। ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਆਪਣੇ ਫੋਨ ਦੇ ਸਾਰੇ ਐਪ ਕੈਸ਼ ਕਲੀਅਰ ਕਰ ਰਿਹਾ, ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਫੋਨ ਦੇ ਸਾਰੇ ਐਪ ਕੈਸ਼ ਕਲੀਅਰ ਕਰ ਲਿਓ ਅਤੇ ਇਹਦੇ ਨਾਲ ਤੁਹਾਡੇ ਫੋਨ ਦੀ ਮੈਮਰੀ ਬਿਲਕੁਲ ਸੇਫ ਰਹੂਗੀ ਅਤੇ ਫੁੱਲ ਨਹੀਂ ਹੋਊਗੀ ਅਤੇ ਤੁਹਾਡਾ ਫੋਨ ਹੈਂਗ ਨਹੀਂ ਹੋਊਗਾ ਅਤੇ ਵਧੀਆ ਵਰਕ ਕਰੂਗਾ। ਅਤੇ ਇਸ ਸੈਟਿੰਗ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਟਰਾਈ ਕਰਿਓ। ਅਤੇ ਚਲੋ ਦੋਸਤੋ ਆਪਾਂ ਜਲਦੀ ਜਲਦੀ ਆਪਣੇ ਸਾਰੇ ਫੋਨ ਦੇ ਜੋ ਵੀ ਐਪ ਨੇ ਉਹ ਕੈਸ਼ ਕਲੀਅਰ ਕਰ ਰਹੇ ਹਾਂ ਦੋਸਤੋ। ਦੋਸਤੋ ਇਸ ਸੈਟਿੰਗ ਕਰਨ ਦੇ ਨਾਲ ਤੁਹਾਡਾ ਫੋਨ ਬਿਲਕੁਲ ਜਿਵੇਂ ਆਪਾਂ ਨਿਊ ਫੋਨ ਲੈਂਦੇ ਹਾਂ ਇਸ ਤਰੀਕੇ ਨਾਲ ਵਰਕ ਕਰੂਗਾ ਅਤੇ ਇਹ ਬਹੁਤ ਹੀ ਵਧੀਆ ਸੈਟਿੰਗ ਆ ਦੋਸਤੋ। ਇਹ ਸੈਟਿੰਗ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰਿਆ ਕਰੋ ਇਸ ਸੈਟਿੰਗ ਨੂੰ, ਇਹ ਬਹੁਤ ਹੀ ਵਧੀਆ ਸੈਟਿੰਗ ਆ ਜੀ। ਚਲੋ ਆਪਾਂ ਜਲਦੀ ਜਲਦੀ ਆਪਣੇ ਫੋਨ ਦੇ ਜੋ ਵੀ ਐਪ ਨੇ ਉਹ ਕੈਸ਼ ਕਲੀਅਰ ਕਰ ਰਹੇ ਹਾਂ, ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਫੋਨ ਦੇ ਸਾਰੇ ਐਪ ਕੈਸ਼ ਕਲੀਅਰ ਕਰਦੇ ਰਿਹਾ ਕਰੋ। ਚਲੋ ਆਪਾਂ ਜਲਦੀ ਜਲਦੀ ਆਪਾਂ ਕੈਸ਼ ਕਲੀਅਰ ਕਰ ਰਹੇ ਹਾਂ ਆਪਣੇ ਸਾਰੇ ਫੋਨ ਦੇ ਐਪਸ ਨੂੰ। ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਸੀਂ ਇੱਦਾਂ ਦੀ ਤੁਹਾਡੇ ਲਈ ਹੋਰ ਵੀਡੀਓ ਬਣਾਉਂਦੇ ਰਹਾਂਗੇ। ਧੰਨਵਾਦ।